हर कहीं चर्चा चल रही है कोविड नाइन्टीन महामारी कोरोना महामारी किसी को नहीं पता था कि दो महीने तीन महीने चार महीने घरों में बैठना पड़ेगा कारोबार बंद हो जाएंगे लोगों का घरों से निकलना बंद हो जाएगा और जब निकलेंगे तो मुंह पर मास्क लगा कर निकलना पड़ेगा और इस महामारी में आर्थिक तौर पर लोगों को बहुत परेशानी हुई लोगों के कारोबार बंद हो गए जो दिन भर मेहनत करके कमाते थे और रात को पेट भर खाते थे उनका खाना पीना भी छूट गया और इसी पर हम चर्चा कर रहे हैं चार बार लॉकडाउन हुआ अब अनलॉक चल रहा है अनलॉक चलने का मतलब है लोग थोड़ा बहुत कारो, कारोबार करने लगे हैं काम धंधा करने लगे हैं लेकिन वो पहले वाली बात नहीं है अभी सेटिंग होते होते समय लगेगा और हम बात करते हैं कुछ लोगों से हमारे साथ बृंदर कॉफ़ी जी है, हैं सोशल वर्कर हैं लुधियाना शहर में रहते हैं इन्होंने कोविड नाइन्टी में जो जो प्रॉब्लम आई इनको पता है जो उस बस्ती में रहते हैं जहाँ पर ज़्यादा लोग गरीब रहते हैं जो मेहनत करते हैं छोटे मोटे कारोबार करते हैं और सुबह कमा कर लाते हैं और रात को खाते हैं वरेंद्र कॉफी जी आपके इलाके में आपने क्या सोचा है जो कोविड टी नाइन में चार बार लॉकडाउन हुआ और पाँचवीं बार अब थोड़ा थोड़ा खुल रहा है मैं वरेंद्र कुमार कोफी जी समाज सेवक जरा कोविड नाइन्टी है ਇਹ ਪੰਜਵੇਂ ਚਰਨ ਦੇ ਵਿੱਚ ਪਹੁੰਚ ਚੁੱਕਿਆ ਹੈ। ਔਰ ਜਿਹੜੇ ਚਾਰ ਚਰਨ ਸੀ ਇਹ ਬੜੇ ਭਿਆਨਕ ਲੋਕਾਂ ਲਈ ਸਿੱਧ ਹੋਏ। ਸਰਕਾਰਾਂ ਨੇ ਇਹਨਾਂ ਚਾਰਾਂ ਦੇ ਵਿੱਚ ਅਜੇ ਕੁਝ ਉਪਰਾਲੇ ਨਹੀਂ ਕੀਤੇ। ਕੋਈ ਜਿਹੜਾ ਗਰੀਬ ਸੀਗਾ, ਮਾਤਰ ਸਾਥੀ ਸੀ ਮਜ਼ਦੂਰ ਸੀਗਾ, ਜਿਹੜਾ ਗਰੀਬੀ ਰੇਖਾ ਤੋਂ ਥੱਲੇ ਸੀਗਾ, ਉਹਦੇ ਵਾਸਤੇ ਕਿਸੇ ਵੀ ਸਰਕਾਰ ਨੇ ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਪੰਜਾਬ ਦੀ ਸਰਕਾਰ, ਕੋਈ ਇਹਨਾਂ ਕੋ ਸੈਟਲਮੈਂਟ ਨਹੀਂ ਹੋ ਸਕੀ। ਔਰ ਲੋਕਾਂ ਨੂੰ ਵਿਸ਼ਵਾਸਨ ਦੇ ਅੰਦਰ ਭਾਈ ਪੀਤਜਾਬਾਦ ਕੀਤਾ ਇਹਨਾਂ ਨੇ ਸਾਰਿਆਂ ਨੇ ਰਲ ਕੇ ਔਰ ਗਰੀਬ ਆਦਮੀ ਜਿਹੜਾ ਸੀ ਉਹ ਭੱਜਣ ਨੂੰ ਮਜਬੂਰ ਹੋ ਗਿਆ ਕੋਵਿਡ-19 ਦੇ ਵਿੱਚ ਜਿਹੜੇ ਮਜ਼ਦੂਰ ਲੋਕ ਸੀ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਫੈਕਟਰੀਆਂ ਨੇ ਪੈਸੇ ਨਹੀਂ ਦਿੱਤੇ ਸਰਕਾਰਾਂ ਨੇ ਕਿਹਾ ਸਰਕਾਰਾਂ ਨੇ ਸਖਤੀ ਨਹੀਂ ਕਿਹਾ ਉਹ ਮਿਲੀ ਭਕਤੀ ਨਾਲ ਵਪਾਰੀਆਂ ਦੇ ਨਾਲ ਮਿਲੀ ਭਕਤੀ ਕਰਕੇ ਇਹਨਾਂ ਨੇ ਕਹਿ ਦਿੱਤਾ ਔਰ ਉਹਨਾਂ ਨੂੰ ਪੈਸੇ ਨਹੀਂ ਮਿਲੇ ਉਹ ਲੋਕ ਜਾਣ ਤੋਂ ਮਜਬੂਰ ਹੋ ਗਏ ਜਿਹੜੇ ਲੋਕ ਭੁੱਖੇ ਮਰਨ ਲੱਪੇ ਉਹਨਾਂ ਨੂੰ ਕੋਈ ਅੱਖੋਂ ਨਜ਼ਰ ਨਹੀਂ ਆ ਰਿਹਾ ਸੀ ਉਹ ਪਿੰਡਾਂ ਨੂੰ ਆਪਣੇ ਪ੍ਰਵਾਸ ਕਰ ਗਿਆ ਹਾਂ ਜੀ ਤੇ ਬਾਕੀ ਜਿਹੜੇ 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 ਇੱਥੇ ਦੇ ਪੰਜਾਬ ਦੇ ਲੋਕ ਸੀਗੇ ਜਿਹੜੇ ਪੰਜਾਬੀ ਸੀਗੇ ਮੀਡੀਅਮ ਕਲਾਸ ਜਾਂ ਗਰੀਬ ਬੰਦਾ ਅੱਜ ਉਹਦਾ ਕੋਈ ਕੰਮ ਨਹੀਂ ਹੈਗਾ। ਨਾ ਹੀ ਉਹਨੂੰ ਕੋਈ ਰਾਹਤ ਮਿਲਦੀ ਆ ਤੇ ਨਾ ਹੀ ਉਹਨੂੰ ਕੋਈ ਰਾਸ਼ਨ ਦੇ ਰਿਆ ਵਾ। ਰਾਸ਼ਨ ਪਹਿਲਾਂ-ਪਹਿਲਾਂ ਇਹਨਾਂ ਨੇ ਜਿਹੜਾ ਦਿੱਤਾ ਉਸ ਤੋਂ ਬਾਅਦ ਕੋਈ ਨਹੀਂ। ਹੁਣ ਬਿਰੋ ਦਿਹਾੜੀ ਲਾਣ ਜਾਂਦਾ ਦਿਹਾੜੀ ਨਹੀਂ ਮਿਲਦੀ। ਅਗਰ ਕੋਈ ਦੁਕਾਨ ਖੁੱਲ ਕੇ ਬੈਠਦਾ ਉਹ ਗਾਹਕ ਨਹੀਂ ਆ ਰਿਹਾ ਔਰ ਜੇ ਬਾਹਰ ਜਾਂਦਾ ਤਾਂ ਪੁਲਿਸ ਵਾਲੇ ਉਹਦੇ ਚਲਾਨ ਕੱਟ ਦਿੰਦੇ ਹਾਂ ਜੀ। ਉਹ ਮਾਸਕ ਨਹੀਂ ਲਾਇਆ। ਉਹ ਹਰ ਤਰ੍ਹਾਂ ਇਸ ਟਾਈਮ ਜਿੰਨਾ ਵੀ ਪੰਜਾਬ ਦੇ ਲੋਕ ਜਿਹੜੇ ਇਹਨੇ ਪਰੇਸ਼ਾਨ ਹੋ ਚੁੱਕਿਆ ਵੀ ਕਈ ਤਾਂ ਲੋਕ ਆਤਮ ਹੱਤਿਆ ਕਰਨ ਨੂੰ ਸੋਚ ਰਹੇ ਆ ਵੀ ਮੈਂ ਆਤਮ ਹੱਤਿਆ ਕਰ ਲਵਾਂ। ਵੀ ਹੁਣ ਕੋਈ ਨਹੀਂ ਕੋ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਵੀ ਕਦੇ ਵੀ ਚਾਹੇ ਉਹ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆ ਚਾਹੇ ਉਹ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਆ ਹਾਂਜੀ ਇਹ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਜਰ ਤੁਸੀਂ ਬਰੇਂਦਰ ਜੀ ਹਰ 20 25 ਗਲੀਆਂ ਤੋਂ ਬਾਅਦ ਘਰਾਂ ਤੋਂ ਬਾਅਦ ਇੱਕ ਕਰਿਆਨੇ ਦੀ ਦੁਕਾਨ ਸੀ ਜਿੱਥੇ ਲੇਬਰ ਲੋਕ ਜਾਂ ਆਮ ਜਿਹੜੇ ਲੋਕ ਸੀ ਰਾਸ਼ਨ ਖਰੀਦਦੇ ਸਨ ਉਹ ਅੱਜ ਕੱਲ ਬਿਲੇ ਬੈਠੇ ਨੇ ਰਸਨ ਵਾਲੇ ਤੇ ਬਾਕੀ ਨੇ ਕਿਰਾਏ ਦੇ ਮਕਾਨ ਦੇ ਕਿ ਆਪਣਾ ਗੁਜ਼ਾਰਾ ਕਰਦੇ ਸੀ ਕਿਰਾਏ ਦੇ ਉੱਤੇ ਆਪਣਾ ਨਾ ਜੀਵਨ ਜਾਪਨ ਕਰ ਰਹੇ ਸੀ ਉਹ ਕਿਰਾਏ ਤੇ ਨਿਰਭਰ ਸੀ ਉਹਨਾਂ ਦੇ ਬਹੁਤ ਬੁਰਾ ਹਾਲ ਹੋ ਚੁੱਕਾ ਤੁਹਾਡੇ ਇਲਾਕੇ ਜਿੱਦਾਂ ਦੀ ਕੀ ਪੋਜੀਸ਼ਨ ਹੈ ਦੇਖੋ ਇਹ ਮੋਸਟਲੀ ਸਾਡਾ ਜਿਹੜਾ ਇਲਾਕਾ ਜਿਹੜਾ ਬਹੁਤ ਗਰੀਬ ਆ ਜਿਹੜਾ ਵਾਰਡ ਨੰਬਰ 1 ਪੈ ਰਿਆ ਬੜਾ ਗਰੀਬ ਇਲਾਕਾ ਮਾਚੜ ਸਾਥੀ ਇਲਾਕਾ ਵਾ ਮਜ਼ਦੂਰ ਇਲਾਕਾ ਵਾ ਕਿਉਂ ਪਰਲੇ ਪਾਸੇ ਫੈਕਟਰੀਆਂ ਫੈਕਟਰੀਆਂ ਵਿੱਚ ਮਜ਼ਦੂਰ ਕੰਮ ਕਰਦੇ ਨੇ ਉਹਦੇ ਵਿੱਚ ਲੇਡੀ ਵਰਕਰ ਵੀ ਕੰਮ ਕਰਦੇ ਨੇ ਬੱਚੇ ਵੀ ਕਰਦੇ ਨੇ ਔਰ ਆਪਣਾ ਗੁਜ਼ਾਰਾ ਆਪਣੇ ਪਰਿਵਾਰ ਦਾ ਕਲਾ ਕਿਉਂ ਸਰਕਾਰੀ ਨੀਲੇ ਕਾਰਡ ਜਿਹੜੇ ਬਣੇ ਆ ਉਹ ਕੁਛ ਚੰਦ ਲੋਕਾਂ ਦੇ ਬਣੇ ਆ ਜਿਹੜੇ ਸਪਾਰਸ਼ੀ ਲੋਕ ਸੀਗੇ ਕਿਉਂ ਇਹਨਾਂ ਨੇ ਸਰਵੇ ਕਰਕੇ ਉਹ ਕਾਰਡ ਨਹੀਂ ਬਣਾਏ ਮੈਂ ਦਿਖਾ ਮੈਂ ਦਿਖਾ ਵੀ ਦਊਂਗਾ ਉਹਨਾਂ ਲੋਕਾਂ ਦੇ ਕਾਰਡ ਜਿਹੜੇ ਕਾਰਾਂ ਦੇ ਵਿੱਚ ਆਉਂਦੇ ਆ ਉਹ ਕਣਕ ਲੈ ਕੇ ਚੱਲ ਜਾਂਦੇ ਜਿਹੜਾ ਗਰੀਬ ਰੱਖਸ਼ਾ ਚਲਾ ਰਿਹਾ ਜਾਂ ਮਜ਼ਦੂਰੀ ਕਰ ਰਿਹਾ ਉਹਨੂੰ ਕਿਤੇ ਉਹ ਕਣਕ ਜਿਹੜਾ ਨਹੀਂ ਮਿਲੀ ਉਹ ਵਿਚਾਰੇ ਕਿਈ ਰੋਂਦੇ ਆਗੇ ਆ ਔਰ ਜਿਹੜੇ ਕਿਰਾਏਦਾਰਾਂ ਦੇ ਜਿਹੜੇ ਜਿਨ੍ਹਾਂ ਨੇ ਕਿਰਾਏ ਦੇ ਮਕਾਨ ਦਿੱਤੇ ਹੋਏ ਸੀਗੇ ਪਹਿਲਾਂ ਸਰਕਾਰ ਨੇ ਕਿਹਾ ਤਾਂ ਵੀ ਕਿਰਾਇਆ ਨਹੀਂ ਲੈਣਾ ਅੱਛਾ ਉਹਨਾਂ ਨੇ ਕਿਰਾਇਆ ਨਹੀਂ ਲੈਣਾ ਉਸ ਤੋਂ ਬਾਅਦ ਜਿਹੜਾ ਮਜ਼ਦੂਰ ਜਣੋਂ ਮਜ਼ਦੂਰ ਤਾਂ ਅੱਜ ਉਹ ਖਾਲੀ ਪਿਆ ਬੇਰੋਜ਼ਗਾਰਾ ਸਾਰੇ ਜਿੰਨੇ ਵੀ ਆ ਕੋ ਕੋ ਕੋਨੋ ਕੋ ਕੰਮ ਧੰਦਾ ਨਹੀਂ ਹੈਗਾ ਤੇ ਨਾ ਹੀ ਕੋਈ ਸਰਕਾਰ ਜਿਹੜਾ ਸਰਕਾਰ ਨੇ 20000 ਕਰੋੜ ਰੁਪਇਆ ਕਿ ਦੱਸਿਆ ਵੀ ਅਸੀਂ ਵਪਾਰੀਆਂ ਨੂੰ ਦਵਾਂ ਗਰੀਬ ਬਾਰੇ ਕੋਈ ਪਾਲਿਸੀ ਨਹੀਂ ਹੈਗੀ ਸਿਰਫ ਉਹ ਕਦੇ ਵਪਾਰੀਆਂ ਬਾਰੇ ਵੱਡੇ ਵਪਾਰੀ ਜਿਹੜੇ ਲੈ ਕੇ ਭੱਜ ਜਾਣ ਉਹਨਾਂ ਵਾਸਤੇ ਆ ਗਰੀਬ ਵਾਸਤੇ ਦਾ ਇੱਕ 500 ਰੁਪਇਆ ਜਿਹੜਾ ਉਹ ਕਈਆਂ ਨੂੰ ਮਿਲਿਆ ਕਿ ਨਹੀਂ ਮਿਲਿਆ ਖਾਤੇ 'ਚ ਪਿਆਕ ਨਹੀਂ ਪਿਆ ਹੈਗਾ ਇਹ ਪੂਰਾ ਫਾਈਨਲ ਨਹੀਂ ਹੈਗਾ ਇਹ ਵੀ ਕਿਹਾ ਵੀ ਰੇਡੀਆ ਵਾਲਿਆਂ ਨੇ ਜਿਹੜੇ ਨੇ 10000 ਰੁਪਇਆ ਗਵਰਨਮੈਂਟ ਦੇਊਗੀ ਲੋਨ ਜਿਹੜੇ ਹੈਗੇ ਆ ਗਰੀਬ ਲੋਕ ਨੇ ਜਿਹੜੇ ਛੋਟੇ ਛੋਟੇ ਕਾਰੋਬਾਰ ਕਰਦੇ ਨੇ ਸਰ ਮੈਂ ਮੈਂ ਖੁਦ ਮੈਂ ਕਿਸੇ ਦੀ ਗੱਲ ਨਹੀਂ ਕਰੂੰਗਾ ਮੈਂ ਕਿ ਮਜ਼ਦੂਰ ਦਾ ਬੇਟਾ ਮੈਂ ਇਸ ਕਰਕੇ ਮੈਂ ਮੈਂ ਇੱਕ ਨਾ ਪਹਿਲਾਂ 50000 ਦੀ ਸਕੀਮ ਚੱਲੀ ਸੀ ਬੈਂਕ ਦੇ ਵਿੱਚ ਵੀ ਸਰਕਾਰ ਸੈਂਟਰ ਗਵਰਨਮੈਂਟ ਵੀ ਕੰਮ ਕਰਨ ਵਾਸਤੇ ਮੈਂ ਕਿਹਾ ਛੋਟਾ ਜਿਹਾ ਮੋਟਾ ਕੰਮ ਕਰਨ ਵਾਸਤੇ ਮੈਂ ਇੰਡੀਅਨ ਬੈਂਕ ਦੇ ਵਿੱਚ ਆਪਣਾ ਲੋਨ ਲੈਣ ਵਾਸਤੇ ਗਿਆ ਉਹ ਮੈਨੂੰ ਉਹਨਾਂ ਨੇ ਫਾਰਮੈਲਟੀਆਂ ਵੀ ਦੱਸ ਦਿੱਤੀਆਂ ਉਹ ਇਨਕਮ ਟੈਕਸ ਰਿਟਰਨ ਆ ਲਿਆਓ ਐਫੀਡੇਵਟ ਬਣਵਾ ਕੇ ਲਿਆਓ ਗਰੰਟਰ ਲੈ ਕੇ ਆਓ ਹਾਂਜੀ ਫਿਰ ਤੁਹਾਡਾ ਦੇਖਾਂਗੇ ਵੀ ਤੁਹਾਡਾ ਖਾਤਾ ਰੈਗੂਲਰ ਹੈਗਾ ਕਿ ਨਹੀਂ ਹੈਗਾ ਉਹ ਦਵਾਂਗੇ ਉਹਨੇ ਕੰਡੀਸ਼ਨਰ ਰੱਖਤੀਆਂ ਫਿਰ ਬਾਅਦ ਚੋਂ ਐਂਡ ਤੇ ਮੈਂ ਕੰਡੀਸ਼ਨਾਂ ਵੀ ਪੂਰੀਆਂ ਕੀਤੀਆਂ ਉਹ ਕਹਿੰਦਾ ਜੀ ਹੁਣ ਤਾਂ ਸਕੀਮ ਬੰਦ ਹੋ ਗਈ ਆ ਵੀ ਇਹ ਪੋ ਪਾਲਿਸੀ ਆ ਕਹਿੰਦਾ ਤੁਹਾਨੂੰ ਪਤਾ ਵਾ ਤੁਸੀਂ ਸਮਾਜ ਸੇਵਕ ਹੋ ਉੱਪਰਲੇ ਲੈਵਲ ਤੇ ਜਿਹੜੇ ਲੋਕ ਆ ਉਹ ਕਹਿੰਦੇ ਕੁਛ ਬੈਂਕ ਵਾਲੇ ਖੁਦ ਕਰ ਰਿਆ ਉੱਪਰਲੇ ਲੈਵਲ ਕੁਝ ਕਹਿੰਦੇ ਆ ਤੇ ਥੱਲੇ ਹੁੰਦਾ ਕੁਛ ਆ ਵੀ ਉੱਪਰੋਂ ਰੁਪਈਆ ਚੱਲਦਾ ਤੇ ਥੱਲੇ 10 ਪੈਸੇ ਹੀ ਮਿਲਦੇ ਆ ਵਰਿੰਦਰ ਗੋਫੀ ਜੀ ਨੇ ਦੱਸਿਆ ਕਿ ਜਿਹੜੇ ਲੋਕ ਮੱਲੇ ਗਲੀਆਂ ਜਿ ਰਹਿ ਰਹੇ ਨੇ ਜਿਨ੍ਹਾਂ ਦਾ ਕੋਈ ਆਧਾਰ ਜਿਹੜਾ ਹੈਗਾ ਵਾ ਸਿਰਫ ਫਲੇਵਰ ਦੇ ਉੱਤੇ ਸੀਗਾ ਆਧਾਰ卡ਟ ਬਣੇ ਨੇ ਜਦੋਂ ਬੈਂਕਾਂ ਜਾਂਦੇ ਨੇ ਕਈ ਵਾਰ ਸੀ ਐਡਵਰਟਾਈਜ਼ਮੈਂਟ ਵੀ ਦੇਖਦੇ ਨੇ ਦਾਰ卡ਟ ਲੈ ਕੇ ਆਓ ਤੇ ਆਪਣਾ ਬੈਂਕ ਕਾਊਂਟ ਖਿਲਾਓ ਤੇ ਤੁਸੀਂ ਆਪਣਾ ਕੋਈ ਵੀ ਲੋਨ ਵਗੈਰਾ ਲੈਣਾ ਲੈ ਸਕਦੇ ਹੋ ਲੇਕਿਨ ਸਾਰੀਆਂ ਗੱਲਾਂ ਕਾਗਜ਼ਾਂ ਦੇ ਵਿੱਚ ਹੀ ਨੇ ਜਿਹੜੇ ਉੱਪਰਲੇ ਅਫਸਰ ਨੇ ਕੁਝ ਕਹਿੰਦੇ ਨੇ ਥੱਲੇ ਵਾਲੇ ਕੁਝ ਕਹਿੰਦੇ ਨੇ ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਅੱਗੇ ਨੂੰ ਕਿਵੇਂ ਸੁਧਾਰ ਹੋ ਸਕਦਾ ਹੈ ਇਹਦੇ ਵਿੱਚ ਦੇਖੋ ਜੀ ਸਰਕਾਰ ਨੂੰ ਚਾਹੀਦਾ ਵੀ ਚਾਹੇ ਮੀਡੀਅਮ ਕਲਾਸ ਦਾ ਚਾਹੇ ਮਜ਼ਦੂਰ ਵਰਗਾ ਚਾਹੇ ਵਪਾਰੀ ਵੀ ਆ ਲੇਕਿਨ ਜਦੋਂ ਜਦੋਂ ਆਫਦਾ ਪੈਂਦੀ ਮਹਾਮਾਰੀ ਆਈ ਹੈ ਜਦੋਂ ਇਹਨਾਂ ਦੀ ਇੱਕ ਪਾਲਿਸੀ ਇੱਕ ਇਹਨਾਂ ਨੂੰ ਆਪਣੇ ਇੱਕ ਲੈਵਲ ਤੇ ਡਿਸਟ੍ਰਿਕਟ ਵਾਈ ਲੈਵਲ ਤੇ ਇੱਕ ਵਧੀਆ ਲੈਵਲ ਦੀ ਕਮੇਟੀ ਜਿਹੜੇ ਚ ਆਈਐਸ ਪੀਸੀ ਸਾਰੇ ਅਫਸਰ ਪਿਠਾ ਕੇ ਕਹਣਾ ਵੀ ਅੱਗੋਂ ਸਬ ਕਮੇਟੀਆਂ ਬਣਨੀਆਂ ਚਾਹੀਦੀਆਂ ਇਸ ਇਲਾਕੇ ਬਾਈ ਵੀ ਜਿਹੜਾ ਗਰੀਬ ਆ ਉਹਦਾ ਸਰਵੇ ਕਰਕੇ ਫੜਾਫੜ ਸਾਨੂੰ ਦੱਸਿਆ ਜਾਵੇ ਉਹਨੂੰ ਅਸੀਂ ਮਈਆ ਜਿਹੜੀ ਲੋੜ ਮੰਦ ਚ ਲੋੜ ਮੁਹਈਆ ਕਰਾ ਸਕੀਏ ਪਰ ਇਦਾਂ ਦੀ ਕੋਈ ਪਾਲਿਸੀ ਨਹੀਂ ਬਣੀ ਜਿਹੜੇ ਚਾਹਤੇ ਆ ਉਹਨਾਂ ਨੂੰ ਸਭ ਕੁਝ ਦਿੱਤਾ ਗਿਆ ਜਿਹੜੇ ਨਹੀਂ ਆ ਵਿਚਾਰੇ ਅੱਜ ਵੀ ਰੋ ਰਹੇ ਆ ਸੜਕਾਂ ਦੇ ਘੁੰਮ ਰਹੇ ਆ ਕਈ ਬੰਦੇ ਤਾਂ ਅੱਜ ਵੀ ਉਹ ਕੋਈ ਮੈਂ ਦੇਖਿਆ ਖੁਦ ਹੀ ਖੁਦ ਦੇਖਿਆ ਵੀ ਉਹ ਕਹਿੰਦੇ ਵੀ ਅਸੀਂ ਇਹਨਾਂ ਤੋਂ ਮਰ ਜਾਣਾ ਚੰਗਾ ਵਾ ਦੇਖੋ ਜਿਹੜੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੇ ਸਭ ਕਮੇਟੀਆਂ ਬਣਾਈਆਂ ਸਭ ਕਮੇਟੀਆਂ ਬਣਾਉਣ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ ਸਪੋਰਟਰ ਹੁੰਦੇ ਨੇ ਜਿਹੜੇ ਇਲੈਕਸ਼ਨਾਂ ਚ ਉਹਨਾਂ ਦਾ ਸਾਥ ਦਿੰਦੇ ਨੇ ਉਹਨਾਂ ਨੂੰ ਅੱਜ ਰਸਨ ਮਿਲੇ ਆ ਉਹਨਾਂ ਨੇ ਕੋਈ ਜਿਹੜੀ ਜਿੰਨੀ ਵੀ ਕੋਵਿਡ-19 ਦੇ ਚ सहायता आ रही है सिर्फ उन्होंने लोगों ने मिल रही है जिन्हें भी लोग जो है जेड़े मदद कर रहे हैं कौंसलर दी या सरपंचा दी बाकी आम लोगों को कुछ नहीं मिल रहा स्कूल बंद होने के बाद मार्च से स्कूल बंद है जो बच्चों को स्कूल लेके आते थे लेके जाते थे और स्कूल से घर लेके आते थे जो हमारे साथ ये शंकर खड़े हैं जो ऑटो चलाते थे पहले स्कूलों को बच्चों में जितने भी थे इनके ऑटो में जाते थे लेकिन जब लॉकडाउन हो गया तो इन्होंने सब्जी का काम किया सोच सोच कर आप कैसा लग रहा है आपको थोड़ा सब्जी का काम कर बहुत कम घट है ये सब्जी का काम और मतलब जो पहले काम था लॉकडाउन जब बंद हुआ था अच्छा काम चल रहा था अब तो बिल्कुल यही है कि दिहाड़ी थोड़ा बहुत बंद गुजारा चल रहा है जी वो पहले बच्चे ले आते थे स्कूल में उन्हें घर पे लेके आते थे स्कूल से ਅੱਛਾ ਪੈਸਾ ਬਣ ਜਾਂਦਾ ਸੀ ਲੇਕਿਨ ਜਬ ਮਜਬੂਰੀ ਮੇ ਇਨਕੋ ਸਬਜੀ ਵਗੈਰਾ ਵੇਚ ਕੇ ਜੇ ਆਟੋ ਵੀ ਆਪਣਾ ਗੁਜ਼ਾਰਾ ਕਰ ਰਹੇ ਹੈ ਮੈਂ ਜੈਸੀ ਹੋਣੀ ਥੋੜੇ ਜਿਹਾ ਅਮਰਿੰਦਰ ਕੋਫੀ ਤੋਂ ਪੁੱਛਿਆ ਉਹਨਾਂ ਨੇ ਦੱਸਿਆ ਕਿ ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਲੋਕ ਆਪਣਾ ਲੋਕਡਾਊਨ ਦੇ ਵਿੱਚ ਕੋਵਿਡ 19 ਦੇ ਵਿੱਚ ਬਹੁਤ ਸਾਰੇ ਲੋਕ ਪਰੇਸ਼ਾਨ ਹੋਏ ਤੇ ਹੋ ਰਹੇ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਦੇ ਬਾਰੇ ਕਿ ਉਹਨਾਂ ਦੀ ਕਿੱਦਾਂ ਦੀ ਮਦਦ ਹੋਣੀ ਚਾਹੀਦੀ ਹੈ ਕਿ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਸਰਕਾਰ ਉਹਨਾਂ ਦੀ ਮਦਦ ਕਰੇ ਕਿਸੇ ਵੀ ਦੇਸ਼ ਦੀ ਜਨਤਾ ਦੀ ਰੱਖਿਆ ਕਰਨਾ ਜਿਹੜਾ ਉੱਥੇ ਦੇ ਜਿਹੜੇ ਹੁਕ ਉਹਨਾਂ ਦਾ ਕੰਮ ਹੁੰਦਾ ਇਹ ਜਿਹੜੇ ਉੱਥੇ ਦੇ ਇਸ ਵੇਲੇ ਜਿਹੜਾ ਪ੍ਰੈਜ਼ੈਂਟਲੀ ਪੰਜਾਬ ਦੇ ਵਿੱਚ ਕਾਂਗਰਸ ਹੈ ਸੈਂਟਰ ਦੇ ਵਿੱਚ ਬੀਜੇਪੀ ਬੈਠੀ ਹੋਈ ਆ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਉਹਨਾਂ ਦਾ ਕੰਮ ਹੁੰਦਾ ਜਦੋਂ ਮਹਾਮਾਰੀ ਜਿਸ ਤਰ੍ਹਾਂ ਨਾਲ ਕੋਵਿਡ-19 ਦਾ ਪ੍ਰਕੋਪ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਨਾਲ ਫੈਲਿਆ ਹੋਇਆ ਇਹ ਜਿਸ ਤਰ੍ਹਾਂ ਨਾਲ ਸਾਰੇ ਲੋਕਾਂ ਨੂੰ ਇਨਫੈਕਟ ਕੀਤਾ ਸਾਰੇ ਕਾਰੋਬਾਰ ਇਫੈਕਟਡ ਹੋ ਗਏ ਇਨਾਂ ਨੂੰ ਚਾਹੀਦਾ ਸੀਗਾ ਕਿ ਜਿਹੜੇ ਨੀਡੀ ਲੋਕ ਹੈਗੇ ਆ ਜਿਨ੍ਹਾਂ ਨੂੰ ਅਸਲੀ ਜ਼ਰੂਰਤ ਆ ਉਹਨਾਂ ਨੂੰ ਉਹਨਾਂ ਦੀ ਮਦਦ ਕੀਤੀ ਜਾਵੇ ਐਟ ਲੀਸਟ ਉਹਨਾਂ ਨੂੰ ਇਹ ਰਾਸ਼ਨ ਤਾਂ ਮਹਈਆ ਕਰਦੇ ਪਰ ਜਿਹੜੀਆਂ ਸਾਡੀਆਂ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਪਾਲਿਸੀਆਂ ਤਾਂ ਹੈ ਹੀ ਨਹੀਂ ਨਾ ਕੋਈ ਵੀ ਇਹਨਾਂ ਦੀਆਂ ਪਾਲਿਸੀਆਂ ਦੀ ਤਾਂ ਅਸੀਂ ਉਦੋਂ ਹੀ ਗੱਲ ਕਰ ਦਿੰਦੇ ਆ ਪਾਲਿਸੀ ਹੈ ਨਹੀਂ ਇਹਨਾਂ ਦੀ ਕੋਈ ਵੀ ਤੁਸੀਂ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਨੀ ਆ ਦੇਖੋ ਇੱਕ ਪਾਸੇ ਮਹਾਮਾਰੀ ਫੈਲਲੀ ਹੋਈ ਆ ਕੱਲ ਤੱਕ ਇਹ ਰਾਸ਼ਨ ਵੰਡਦੇ ਸੀਗੇ ਅੱਜ ਇਹਨਾਂ ਨੇ ਚਲਾਨ ਕੱਟਣੇ ਸ਼ੁਰੂ ਕਰਾ ਦਿੱਤੇ 5-500 ਰੁਪਏ ਦੇ 2-200 ਰੁਪਏ ਦੇ ਜਿਨ੍ਹਾਂ ਲੋਕਾਂ ਦੇ ਕੋਲ ਰੋਟੀ ਨਹੀਂ ਖਾਣ ਲਈ ਜੋ ਦਿਹਾੜੀ ਤੇ ਨਿਕਲਦੇ ਆ ਜਿਉਂ ਨੇ 마ਸਕ ਨਹੀਂ ਲਈ 2 ਰੁਪਏ ਦੀ 마ਸਕ ਹੁੰਦੀ ਆ 200 ਰੁਪਏ ਦਾ ਕੱਟ ਦਿਆ ਚਲਾਨ 마ਸਕ ਇਹਨਾਂ ਨੂੰ ਫ੍ਰੀ ਵੰਡਣੀਆਂ ਚਾਹੀਦੀਆਂ ਇਹ 2-2 ਰੁਪਏ ਦੀ 마ਸਕ ਨਹੀਂ ਵੰਡ ਸਕਦੇ ਲੋਕਾਂ ਨੂੰ ਫ੍ਰੀ ਇੰਨਾ ਟੈਕਸ ਲੈਂਦੇ ਆ ਉਹਦੇ ਤੇ ਯਾਸ਼ੀਆ ਕਰਦੇ ਆ ਇਹ ਇਹਨਾਂ ਨੇ ਸਲਾਹ ਕਰ ਕਿਦਾਂ ਦੇ ਆਪਾਂ ਜੇ ਪਾਲਸੀਆਂ ਦੀ ਗੱਲ ਕਰੀਏ ਪਾਲਸੀਆਂ ਬਣਾਉਣ ਵਾਲੇ ਤਾਂ ਇਹਨਾਂ ਦੇ ਕੋਲ ਹੈ ਹੀ ਨਹੀਂ ਇਹਨਾਂ ਨੇ ਐਡੇ-ਐਡੇ ਵੱਡੇ ਸਲਾਹਕਾਰ 10-15 OSD ਲਾਏ ਹੋਏ ਆ ਮੁੱਖ ਮੰਤਰੀ ਨੇ ਵੀ ਹਰ ਜਗ੍ਹਾ ਦੇ ਉੱਤੇ ਨਾਲ ਉਹਨਾਂ ਦੇ PA ਲੱਗੇ ਹੋਏ ਆ ਟੀਮਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਨੂੰ ਦੇਖੋ IAS ਦੇ ਇਗਜ਼ਾਮ ਕਰੈਕ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਸਲਾਹਕਾਰ ਲਈ ਔਰ ਉਹ ਸਾਰੇ ਦੇ ਸਾਰੇ ਡੰਮ ਬੰਦੇ ਇਕੱਠੇ ਹੋਏ ਹੋਏ ਆ ਇਹ ਬ੍ਰੇਨਲੈਸ ਜਿਹੜੀ ਸਰਕਾਰ ਹੈ ਸਾਡੀ ਚੱਲਦੀ ਪਈ ਹੈ ਇੰਡੀਆ ਦੇ ਵਿੱਚ ਵੀ ਔਰ ਸਾਡੇ ਪੰਜਾਬ ਦੇ ਵਿੱਚ ਵੀ ਠੀਕ ਹੈ ਇਹਨਾਂ ਨੂੰ ਦੇਖੋ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਲੋਕ ਭੁੱਖੇ ਮਰਦੇ ਕਾਰੋਬਾਰ ਉਹਨਾਂ ਦੇ ਸਾਰੇ ਉਜੜ ਗਏ ਨੇ ਬੰਦ ਪਏ ਆ ਜੇ ਹੁਣ ਇਹਨਾਂ ਨੇ ਲੋਕਡਾਊਨ ਖੋਲ ਵੀ ਦਿੱਤਾ ਹਜੇ ਮਹਾਮਾਰੀ ਤਾਂ ਨਹੀਂ ਗਈ ਨਾ ਉਹ ਤਾਂ ਵੱਧ ਹੀ ਰਹੀ ਆ ਉਸ ਦੇ ਨਾਲ ਨਾਲ ਦੁਕਾਨਾਂ ਖੋਲਣ ਦੇ ਨਾਲ ਕਾਰੋਬਾਰਤ ਨਹੀਂ ਆਇਆ ਹਜੇ ਤੱਕ ਕਿਤੋਂ ਵੀ ਤੇ ਇਹਨਾਂ ਦਾ ਚਲਾਨ ਕੱਟ ਨ ਸਗੋ ਤੇ ਅਵੇਅਰਨੈਸ ਦੇਣ ਦੀ ਬਜਾਏ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਹਨਾਂ ਨੇ ਉਲਟਾ ਉਹਨਾਂ ਦੇ ਵਿੱਚ ਇੱਕ ਹੋਰ ਹਾਰਰ ਪਾ ਦਿੱਤਾ ਹਮੇਸ਼ਾ ਇਹਨਾਂ ਨੇ ਡਰ ਨੂੰ ਹੀ ਅੱਜ ਤੱਕ ਖਾਇਆ ਔਰ ਡਰਾ ਕੇ ਹੀ ਲੋਕਾਂ ਦੇ ਕੋਲੋਂ ਇਹਨਾਂ ਨੇ ਲੁੱਟਿਆ ਇਹ ਲੁੱਟ ਖਸੋਟਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਕਹਿੰਦੇ ਹੁੰਦੇ ਸੀਗੇ ਨਾ ਕਿ ਜਦੋਂ ਬਾਬਰ ਸ਼ਾਹੀ ਲੁੱਟ ਉਹ ਹੋਣ ਲੱਗੀ ਹੋਈ ਆ ਕੋਈ ਪਾਲਿਸੀ ਨਹੀਂ ਕਿਸੇ ਨੂੰ ਇਹਨਾਂ ਨੇ ਰਾਸ਼ਨ ਨਹੀਂ ਦਿੱਤਾ ਲੋਕਾਂ ਦੇ ਕੋਲੋਂ ਸਾਈਨ ਕਰਾ ਕੇ ਲੈ ਗਏ ਇਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਸੀ ਗਰੀਬ ਬੰਦਿਆਂ ਦੇ ਉਹਨਾਂ ਨੂੰ ਕਹਿੰਦੇ ਹਫਤੇ ਬਾਅਦ ਰਾਸ਼ਨ ਆਊਗਾ ਔਰ ਸਾਰੇ ਇਲਾਕੇ ਦੇ ਜਿਹੜੇ ਕਾਉਂਸਲਰ ਸੀ ਉਹ ਰਾਸ਼ਨ ਖਾ ਗਏ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਜਿਹੜੇ ਆਪਣੇ ਇਹਨਾਂ ਦੇ ਨਾਲ ਮਿਲੀ ਭਗਤ ਕਰਕੇ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਹੀ ਦਿੱਤਾ ਡਿਜਾਸਟਰ 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 ਇੱਕ ਕਾਨੂੰਨ ਹੈ जब महामारी आती है तो जब कानून लागू कर दिया जाता है एक में आपका चलान काटा जाता है एक के बीच में भी क्या आपने डिजास्टर जो था उसका उल्लंघन किया उसको वायलेशन किया आपने मास्क नहीं लगाया आपको पाँच सौ रुपये जुर्माना दो सौ रुपये जर्माना आपने थूक दिया जुर्माना जुर्माना लेकिन सरकार का क्या, क्या काम था सरकार ने क्या राशन नहीं देना देना था गरीबों को क्या इलाज नहीं करवाना था गरीबों को ना इलाज हुआ ना राशन मिला किसी को सिर्फ चलान काटने पर ही लगी हुई है मास्क नहीं है तो चलान काट दो थूक दे तो चलान काट दो क्वारंटाइन किया तो बाहर आ गया तो चलान काट दो अरे चलान काटने से पहले यह भी तो सोचो कि सरकार का कर्तव्य क्या है सरकार की ड्यूटी क्या है सरकार ने लोगों को राशन देना है लोगों का जो जान माल की हिफाजत करनी है लोगों का स्वास्थ्य देखना है उनको किसी तरह की प्रॉब्लम है वो देखना है लेकिन जहां सरकार महाराज ये सब नहीं देख रही सिर्फ जो आदमी घर से गरीब आदमी भी आता है उसको कहता रहे मास्क नहीं लगाया दो सौ निकाल तो वह दिया सौ रुपए निकाल पैसे इकट्ठे करने वाली सरकार है ये सोचने वाली बात है आपको सोचना होगा समाज को सोचना होगा सोचोगे तभी आपका बचा होगा श्रीपाल शर्मा के साथ कैमरामैन मैन का